ਕਿ ਚੱਲਿਆ ਸੀਗਾ ਆ ਥੱਲੜਾ ਰਸਤਾ ਗਗਰੇਟ ਵਿੱਚ ਦੀ ਚਲਾ ਗਿਆ, ਆਹ ਉੱਪਰ ਨਿਊ ਰੋਡ ਬਣ ਗਿਆ ਵਾ, ਬਿਲਕੁਲ ਹੀ ਸ਼ਾਂਤੀ ਆ, ਬੰਦੇ ਵੀ ਬਹੁਤ ਘੱਟ ਦੇਖਣ ਨੂੰ ਮਿਲਦੇ ਪਏ ਆ, ਮੱਝਾਂ ਮੁੱਝਾਂ ਬੰਨੀਆਂ ਹੋਈਆਂ ਦੇਖੋ। ਪੂਰੀ ਘੁੰਮ ਗਈ ਨਾ, ਚਲੋ ਮਜ਼ਾ ਆ ਰਿਹਾ। ਭਗਵਾਨ ਦੀਆਂ ਮੂਰਤੀਆਂ ਜਿਹੜੀਆਂ ਬਣਾਈਆਂ ਗਈਆਂ ਵਾ, ਮਾਤਾ ਸ਼ੀਤਲਾ ਜੀ ਦੇ ਮੰਦਿਰ ਦੇ ਦਰਸ਼ਨ ਕਰਨ ਸ਼੍ਰੀ ਪ੍ਰਭਾਵ ਤੋਂ ਤੰਗ ਆ ਗਏ ਜਦੋਂ ਰਾਜੇ ਨੂੰ ਆਪਣੀ ਗੱਲ। ਚਲੋ ਆਓ ਚੱਲਦੇ ਆ, ਜੈ ਮਾਤਾ ਦੀ। ਜਲੰਧਰ ਆ ਗਏ ਜੀ ਆਪਾਂ, ਬਾਕੀ ਮੌਸਮ ਅੱਜ ਪੂਰਾ ਮੀਂਹ ਵਾਲਾ ਹੋਇਆ ਪਿਆ ਵਾ। ਉਹ ਨੋਟ ਚੱਕੀ ਫਿਰਦਾ 500 ਵਾਲੇ, ਉਹ ਦਿਖਾਉਂਦਾ ਪਿਆ ਉਹ, ਕਹਿੰਦਾ ਮੇਰੇ ਕੋਲ ਇੰਨੇ ਪੈਸੇ ਆ। ਕਿੱਥੇ ਕਿੱਥੇ ਬੱਚਾ ਸੀ, ਫਿਰ ਰੋਕੇ ਵੀ ਅੜਿਆ ਹੋਣਾ, ਰੋਕੇ ਵੀ ਅੜਿਆ ਨਾ। ਆਪਾਂ ਹੁਸ਼ਿਆਰਪੁਰ ਪਹੁੰਚ ਗਏ ਆ ਜੀ ਦੋਸਤੋ। ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਮਾਤਾ ਚਿੰਤਪੁਰਨੀ ਦੀ ਦੂਰੀ ਇਸ ਤਰ੍ਹਾਂ ਵਾ, ਖੇਮਕਰਨ ਤੋਂ 222 ਕਿਲੋਮੀਟਰ, ਅਬੋਹਰ ਤੋਂ 324 ਕਿਲੋਮੀਟਰ, ਬਠਿੰਡੇ ਤੋਂ 254 ਕਿਲੋਮੀਟਰ, ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ 156 ਕਿਲੋਮੀਟਰ, ਮੋਗੇ ਤੋਂ 170 ਕਿਲੋਮੀਟਰ, ਲੁਧਿਆਣੇ ਤੋਂ 124 ਕਿਲੋਮੀਟਰ, ਜਲੰਧਰ ਤੋਂ 92 ਕਿਲੋਮੀਟਰ, ਨਵੇਂ ਸ਼ਹਿਰ ਤੋਂ 99 ਕਿਲੋਮੀਟਰ, ਬਰਨਾਲੇ ਤੋਂ 193 ਕਿਲੋਮੀਟਰ, ਪਟਿਆਲੇ ਤੋਂ 217 ਕਿਲੋਮੀਟਰ ਅਤੇ ਚੰਡੀਗੜ੍ਹ ਤੋਂ 175 ਕਿਲੋਮੀਟਰ ਆ। ਅਸੀਂ ਨਾ ਅੱਗੇ ਲੰਘੇ ਸੀ, ਇਹ ਨਾ ਹਰ ਵਾਰੀ ਮੂਰਤੀ ਮਾਤਾ ਰਾਣੀ ਦੀ ਦੇਖ ਕੇ ਜਾਈਦੀ ਆ, ਅਤੇ ਉਹ ਜਲਦੀ ਜਲਦੀ ਕਾਰ 'ਤੇ ਆਈ ਸੀਗੀ, ਫਿਰ ਹੁਣ ਮੈਂ ਬੈਕ ਲੈ ਕੇ ਆਇਆ ਕਾਰ। ਜੈ ਮਾਂ ਸ਼੍ਰੀ ਰਾਮ, ਜੈ ਮਾਤਾ ਦੀ ਫੋਰਚੂਨ। ਅਤੇ ਇਹਦੇ ਬਿਲਕੁਲ ਸਾਹਮਣੇ ਇਹ ਮੰਦਿਰ ਬਣਿਆ ਹੋਇਆ, ਸਾਹਮਣੇ ਉਹ ਚੜ੍ਹਾਈ ਸ਼ੁਰੂ ਆ ਅੱਜ, ਜਿੱਥੇ ਬੱਸ ਦੇਖਦੀ ਪਈ ਆ ਤੁਹਾਨੂੰ। ਜਗਾਰਾ ਮਾਤਾ ਚਿੰਤਪੁਰਨੀ ਜੀ ਦਾ, ਬੋਲ ਸੱਚੇ ਦਰਬਾਰ ਕੀ ਜੈ। ਆ ਇੱਥੇ ਡੈਮ ਬਣਿਆ ਹੋਇਆ ਵਾ, ਛੋਟਾ ਆ ਪਰ ਮੈਂ ਨਾਮ ਭੁੱਲ ਗਿਆ ਕੀ ਸੀ ਇਹ ਡੈਮ ਦਾ ਨਾਮ। ਚੜ੍ਹਾਈ ਜਦੋਂ ਸ਼ੁਰੂ ਹੁੰਦੀ ਹੈ ਨਾ, ਚੜ੍ਹਾਈ ਸ਼ੁਰੂ ਹੁੰਦੀ ਆ ਹੀ ਆਉਂਦਾ ਵਾ ਇਹ ਚੌਹਾਲ ਡੈਮ ਆ, ਇਸ ਡੈਮ ਦਾ ਜਿਹੜਾ ਨਾਮ ਆ। ਦੇਖਦੇ ਹਾਂ ਕਿੰਨੀ ਪਰਚੀ ਆ ਹਿਮਾਚਲ ਦੇ ਵਿੱਚ ਐਂਟਰ ਕਰਨ ਦਾ, ਕਿੰਨੇ ਪੈਸੇ ਬਸ 60। ਹਾਂਜੀ ਆਹ ਸਲਿੱਪ ਮਿਲੀ ਆ ਜੀ ਆਪਾਂ ਨੂੰ 60 ਰੁਪਏ ਦੇ ਵਿੱਚ। ਧਰਮਸ਼ਾਲਾ ਆ ਗਈ, ਮੈਂ ਨਾ ਲੰਘ ਚੱਲਿਆ ਸੀਗਾ ਆਹ ਥੱਲੜਾ ਰਸਤਾ ਗਗਰੇਟ ਵਿੱਚ ਦੀ ਚਲਾ ਗਿਆ, ਆਹ ਉੱਪਰ ਨਿਊ ਰੋਡ ਬਣ ਗਿਆ ਵਾ, ਅਤੇ ਬਾਕੀ ਤੁਸੀਂ ਇੱਥੋਂ ਨਜ਼ਾਰਾ ਦੇਖੋ ਇੱਕ ਵਾਰੀ ਕਿੰਨਾ ਸੋਹਣਾ ਵਾ ਯਾਰ, ਕਿੰਨਾ ਅਮੇਜ਼ਿੰਗ ਵਿਊ ਆ ਯਾਰ। ਦੋਸਤੋ ਮਾਤਾ ਚਿੰਤਪੁਰਨੀ ਜੀ ਦਾ ਦਰਬਾਰ ਹਿਮਾਚਲ ਪ੍ਰਦੇਸ਼ ਦੇ ਉਨਾ ਜ਼ਿਲ੍ਹੇ ਦੇ ਵਿੱਚ ਸਥਿਤ ਆ। ਮੇਰੀ ਪਿਛਲੀ ਵੀਡੀਓ ਦੇਖਿਓ, ਪਿਛਲੀ ਵੀਡੀਓ ਦੇ ਵਿੱਚ ਮੈਂ ਮਾਤਾ ਚਿੰਤਪੁਰਨੀ ਜੀ ਦੇ ਮੰਦਿਰ ਦੀ ਸਾਰੀ ਹਿਸਟਰੀ ਬਿਆਨ ਕੀਤੀ ਆ, ਅਤੇ ਮੇਰੇ ਚੈਨਲ 'ਤੇ ਜਾ ਕੇ ਚੈੱਕ ਕਰ ਲਿਓ। ਵਾਕਈ ਬਹੁਤ ਹੀ ਖੂਬਸੂਰਤ ਨਜ਼ਾਰਾ।
ਅਸੀਂ ਨਿਊ ਰੋਡ ਤੋਂ ਆਏ ਆ ਨਾ ਅੱਜ ਪਹਿਲੀ ਵਾਰ, ਅਸੀਂ ਨਹੀਂ ਤਾਂ ਗਗਰੇਟ ਵਿੱਚ ਨਹੀਂ ਜਾਂਦੇ ਹੁੰਦੇ ਆ। ਬੜਾ ਸੋਹਣਾ ਲੱਗਿਆ, ਵਧੀਆ ਲੱਗਿਆ। ਠੀਕ ਹੈ ਜੀ, ਓਕੇ। ਗਗਰੇਟ ਤੋਂ ਨਾ ਇੱਕ ਸਾਈਡ 'ਤੇ ਇਹਨਾਂ ਨੇ ਸੜਕ ਨਵੀਂ ਕੱਢਤੀ ਆ, ਥੋੜ੍ਹੀ ਬਿਲਕੁਲ ਹੀ ਸ਼ਾਂਤੀ ਆ, ਬੰਦੇ ਵੀ ਬਹੁਤ ਘੱਟ ਦੇਖਣ ਨੂੰ ਮਿਲਦੇ ਪਏ ਆ, ਅਤੇ ਥੋੜ੍ਹਾ ਜਿਹਾ ਅੱਗੇ ਆ ਕੇ ਇੰਨੇ ਸੋਹਣੇ ਘਰ ਬਣੇ ਹੋਏ ਆ, ਚਿੜੀਆਂ ਦੀਆਂ ਆਵਾਜ਼ਾਂ, ਫਿਰ ਤੁਸੀਂ ਕਹੋਗੇ ਚਿੜੀਆਂ ਦੇ ਆਵਾਜ਼ਾਂ ਕਰੀ ਜਾਂਦਾ। ਬਹੁਤ ਹੀ ਪੀਸਫੁਲ ਜਗ੍ਹਾ ਦੇ ਪਿੰਡ ਸੀਗਾ, ਅੰਬੋਟਾ ਹੀ ਕਹਿੰਦਾ ਸਾਰਾ, ਅੰਬੋਟਾ ਸ਼ਾਇਦ, ਆਈ ਥਿੰਕ ਸੋ, ਜੇ ਮੈਂ ਗਲਤ ਨਾਮ ਨਹੀਂ ਲੈਂਦਾ, ਸਾਰਾ ਉਹੀ ਬਣਿਆ ਹੋਇਆ ਵਾ। ਜੇ ਸੱਜੇ ਪਾਸੇ ਮੁੜ ਜਾਗੇ ਤਾਂ ਗਗਰੇਟ ਆਜੂਗਾ, ਜੇ ਖੱਬੇ ਪਾਸੇ ਮੁੜ ਜਾਗੇ ਤਾਂ ਮਾਤਾ ਜੰਦਪੁਰਨੀ ਨੂੰ। ਇਹ ਜਿੰਨਾ ਹੁਣ ਤੁਸੀਂ ਰੋਡ ਦੇਖਿਆ ਸਾਰਾ ਨਿਊ ਰੋਡ ਥਾਣੀ ਦੀ ਆਪਾਂ ਆਏ ਆ, ਹੁਣ ਇੱਥੋਂ ਆਪਾਂ ਖੱਬੇ ਹੱਥ ਚੱਲ ਚੱਲਾਂਗੇ। ਆਹ ਮੇਨ ਰੋਡ ਤੇ ਪੈ ਗਏ ਫਿਰ ਆਪਾਂ। ਘੈਂਟਾ ਵਿਊ ਯਾਰ, ਇੱਕ ਅੱਜ ਮੌਸਮ ਬਹੁਤ ਵਧੀਆ ਵਾ, ਬੱਦਲ ਪਾਈ ਹੋਈ ਆ, ਜਦੋਂ ਵੀ ਤੁਰੇ ਹੋਏ ਆ, ਘੈਂਟ ਗੱਲਬਾਤ। ਉੱਥੋਂ ਚੱਲੇ ਆ, ਫਿਰ ਇੱਕ ਲੰਗਰ ਆ ਗਿਆ, ਗੜ੍ਹ ਸ਼ੰਕਰ ਵਾਲਿਆਂ ਦਾ ਲੰਗਰ ਆ ਇਹ। ਕੀ ਬਾਤ ਹੈ, ਪਾਪੜ ਦੀ ਸੇਵਾ ਚੱਲ ਰਹੀ ਹੈ, ਚਾਹ ਚੱਲ ਰਹੀ ਹੈ, ਗਰਮਾ ਗਰਮ ਜਲੇਬੀਆਂ, ਗੜਸ਼ੰਕਰ, ਅਮਰਨਾਥ ਮਾਤਾ ਚਿੰਤਪੁਰਨੀ, ਗੜਸ਼ੰਕਰ ਵਾਲਿਆਂ ਦਾ ਲੰਗਰ ਲੱਗਿਆ ਹੋਇਆ, ਬਹੁਤ ਸੋਹਣਾ ਅਰੇਂਜ ਕੀਤਾ ਹੋਇਆ ਸਾਰਾ ਗੜਸ਼ੰਕਰ ਵਾਲਿਆਂ ਨੇ। ਲਾ ਲਓ ਗੱਡੀ ਸਾਈਡ ਤੇ, ਲਾ ਲਓ ਗੋਲ ਗੱਪੇ, ਪਾਪੜ, ਖੀਰਾ, ਕੜੀ ਚੌਲ, ਇੱਧਰ ਬੈਠ ਕਰਨ ਲਈ ਸਾਰਾ ਅਰੇਂਜ ਕੀਤਾ ਹੋਇਆ ਵਾ। ਹਾਂਜੀ, ਸੇਵਾ ਦਾ, ਭਾਂਡਿਆਂ ਦਾ ਧਿਆਨ ਰੱਖੋ, ਮਾਤਾ ਰਾਣੀ ਦੀ ਜੋੜ ਜੋੜ ਜਿਹੜੀ ਚੱਲਦੀ ਹੈ ਕਿੱਥੇ ਗਈ ਜੀ। ਗੋਲ ਗੱਪੇ, ਡੋਸਾ ਚੱਲ ਰਿਹਾ, ਗਰਮਾ ਗਰਮ ਡੋਸਾ, ਲੰਗਰ ਕਾਫੀ ਲੱਗੇ ਹੋਏ ਆ, ਗੜਸ਼ੰਕਰ ਵਾਲਿਆਂ ਦਾ ਲੰਗਰ ਬਹੁਤ ਵਧੀਆ ਸੀਗਾ। ਇਹਨੂੰ ਕਹਿੰਦੇ ਆ ਕੂਣੀ ਮੋੜ ਜੀ, ਇੱਥੇ ਚਾਟ ਚੂਟ ਬਹੁਤ ਬਣਦੀ ਆ, ਜਿਵੇਂ ਮੰਨ ਲਓ ਆਪਾਂ ਕਚਾਲੂ ਕਚੂਲੂ ਖਾਣੇ ਆ, ਤੇ ਇੱਧਰ ਦੇਖੋ ਕੂਣੀ ਮੋੜ ਇਹਨੂੰ ਇਸ ਕਰਕੇ ਕਹਿੰਦੇ ਆ, ਇੱਧਰਲੇ ਪਾਸਿਓ ਕਾਰ ਏਦਾਂ ਘੁੰਮਦੀ ਆ ਜੀ। ਆਹ ਦੇਖੋ ਹੁਣ ਬੱਸ ਆ ਰਹੀ ਆ ਨਾ, ਦੇਖਿਓ ਪੂਰੀ ਘੁੰਮ ਗਈ ਨਾ। ਇਹ ਕੂਣੀ ਮੋੜ ਵੱਜਦਾ, ਹੁਣ ਪ੍ਰਭਾਈ ਆ ਜੂਗੀ ਅੱਗੇ, ਜਿੱਥੋਂ ਆਪਾਂ ਪ੍ਰਭਾਈ ਤੋਂ ਮੁੜ ਜਾਣਾ ਵਾ ਮਾਤਾ ਚਿੰਤਪੁਰਨੀ ਦੇ ਦਰਬਾਰ ਨੂੰ। ਇੱਥੇ ਲੱਕੜ ਦਾ ਬਣਿਆ ਸਮਾਨ ਵੀ ਮਿਲਦਾ, ਜਿਵੇਂ ਸਾਹਮਣੇ ਤੁਸੀਂ ਦੇਖ ਸਕਦੇ ਟੋਕਰੀਆਂ ਵਗੈਰਾ, ਆਲਣੇ ਵਗੈਰਾ ਬਣੇ ਹੋਏ ਸੀਗੇ, ਹੋਰ ਵੀ ਬਹੁਤ ਸਮਾਨ ਹੁੰਦਾ ਵਾ। ਆਹ ਦੇਖੋ ਆ ਕੂਣੀ ਮੋੜ ਆਪਾਂ ਲੰਘੇ ਆ, ਇੱਥੋਂ ਬਸ 1 ਕਿਲੋਮੀਟਰ ਦੀ ਦੂਰੀ ਤੇ ਭਰਵਾਈ ਆ, ਭਰਵਾਈ ਤੋਂ। ਆਹ ਦੇਖੋ ਇੱਥੇ ਵੀ ਲੱਕੜ ਦਾ ਸਮਾਨ ਬਣਿਆ,
ਇੱਥੇ ਕਾਫੀ ਸ਼ੋਪਸ ਤੁਹਾਨੂੰ ਮਿਲ ਜਾਣਗੀਆਂ ਲੱਕੜ ਦੇ ਸਮਾਨ ਦੀਆਂ। ਹੁੰਦਾ ਥੋੜਾ ਕੋਸਟਲੀ ਆ ਬਟ ਘੈਂਟ ਚੀਜ਼ਾਂ ਹੁੰਦੀਆਂ ਬਣੀਆਂ। ਅੱਜ ਨਾ ਮੌਸਮ ਬਹੁਤ ਵਧੀਆ ਵਾ ਤੇ ਜਗ੍ਹਾ ਜਗ੍ਹਾ ਤੇ ਰੁਕਣ ਨੂੰ ਦਿਲ ਕਰੀ ਜਾਂਦਾ ਵਾ। ਇੱਕ ਨਵਾਂ ਬਹੁਤ ਕੁਛ ਬਣ ਗਿਆ ਇੱਥੇ ਜੇ ਦੇਖੀਏ ਤਾਂ। ਕਿਆ ਕਿੰਨਾ ਸੋਹਣਾ ਵਿਊ ਆ ਜੇ ਤੁਸੀਂ ਦੇਖੋਗੇ ਤਾਂ। ਕਿਆ ਹੀ ਗੱਲਬਾਤ ਆ ਤੇ ਇੱਧਰ ਆਪਾਂ ਪਹੁੰਚਣ ਵਾਲੇ ਹਾਂ ਤੇ ਬਾਕੀ ਆ ਸਾਹਮਣੇ ਵੀ ਹੋਟਲ ਬਹੁਤ ਵਧੀਆ ਬਣੀ ਜਾਂਦਾ। ਇੱਥੇ ਕਾਰ ਰੁਕੀ ਸਾਹਮਣੇ ਮੈਂ। ਇੱਥੋਂ ਜੀ ਇੱਕ ਮਾਤਾ ਜਵਾਲਾ ਇੱਧਰ ਇੱਧਰ ਮਾਤਾ ਜਵਾਲਾ ਜੀ ਨੂੰ ਚਲ ਗਈ ਤੇ ਇੱਧਰ ਆਪਣਾ ਭਰਵਾਈ ਤੋਂ ਆ ਗੇਟ ਬਣਿਆ ਹੋਇਆ ਜੀ ਮਾਤਾ ਚਿੰਤਪੁਰਨੀ ਜੀ ਦਾ। ਦੋਸਤੋ ਇਸ ਵੀਡੀਓ ਦੇ ਵਿੱਚ ਮੈਂ ਸਿੱਧੇ ਮਾਤਾ ਚਿੰਤਪੁਰਨੀ ਜੀ ਦੇ ਮੰਦਰ ਦੇ ਤੁਹਾਨੂੰ ਦਰਸ਼ਨ ਕਰਾਏ ਆ। ਇਸ ਦਾ ਕਾਰਨ ਇਹ ਆ ਕਿ ਮਾਤਾ ਚਿੰਤਪੁਰਨੀ ਮੰਦਰ ਦੀ ਮੈਂ ਵੀਡੀਓ ਪਹਿਲਾਂ ਹੀ ਪਾ ਚੁੱਕਿਆ ਵਾਂ ਜੋ ਤੁਸੀਂ ਮੇਰੇ ਚੈਨਲ 'ਤੇ ਜਾ ਕੇ ਦੇਖ ਸਕਦੇ ਆ ਅਤੇ ਜਿਹਦਾ ਥੰਬਨੇਲ ਤੁਸੀਂ ਆਪਦੀ ਸਕਰੀਨ 'ਤੇ ਦੇਖ ਰਹੇ ਹਾਂ। ਇਸ ਵੀਡੀਓ ਦੇ ਵਿੱਚ ਆਪਾਂ ਮਾਤਾ ਚਿੰਤਪੁਰਨੀ ਜੀ ਦੇ ਦਰਸ਼ਨ ਕੀਤੇ ਸੀ ਅਤੇ ਨਾਲ ਹੀ ਮਾਤਾ ਚਿੰਤਪੁਰਨੀ ਮੰਦਰ ਦੇ ਪਿਛਲੇ ਇਤਿਹਾਸ ਬਾਰੇ ਜਾਣੂ ਹੋਏ ਸੀਗੇ, ਸਾਰੀ ਜਾਣਕਾਰੀ ਹਾਸਲ ਕੀਤੀ ਸੀ। ਅਤੇ ਜੇ ਕਿਸੇ ਨੇ ਅਜੇ ਤੱਕ ਉਹ ਵੀਡੀਓ ਨਹੀਂ ਦੇਖੀ ਤਾਂ ਮੇਰੇ ਚੈਨਲ 'ਤੇ ਜਾ ਕੇ ਦੇਖ ਲਿਓ। ਬਾਕੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਮੈਂ ਉਸ ਵੀਡੀਓ ਦਾ ਲਿੰਕ ਸ਼ੇਅਰ ਕਰ ਦੂੰਗਾ, ਤੁਸੀਂ ਉਹਨੂੰ ਕਲਿੱਕ ਕਰਕੇ ਇਹ ਵੀਡੀਓ ਦੇਖ ਸਕਦੇ ਹਾਂ। ਹਾਂਜੀ ਦੋਸਤੋ, ਆਪਣੇ ਸਫ਼ਰ ਦੀ ਅਗਲੀ ਸਵੇਰ ਦੇ ਵਿੱਚ ਤੁਹਾਡਾ ਸਵਾਗਤ ਆ। ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਮਾਤਾ ਦੀ। ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਦਰਸ਼ਨ ਕਰਾਂਗੇ ਮਾਂ ਸ਼ੀਤਲਾ ਜੀ ਦੇ ਅਤੇ ਮਾਤਾ ਜਵਾਲਾ ਜੀ ਦੇ, ਅਤੇ ਨਾਲ ਹੀ ਜਾਣਾਂਗੇ ਮਾਤਾ ਜਵਾਲਾ ਜੀ ਦੇ ਪਿਛਲੇ ਇਤਿਹਾਸ ਦੀ ਕਹਾਣੀ। ਵੀਡੀਓ ਦੇ ਵਿੱਚ ਬਣੇ ਰਹਿਓ, ਆਓ ਚੱਲਦੇ ਹਾਂ। ਅੱਜ ਵੀ ਮੌਸਮ ਵੀ ਬੱਦਲਵਾਈ ਹੋਈ ਆ, ਜੇ ਤੁਹਾਨੂੰ ਉੱਪਰ ਦਿਖਾਵਾਂ ਤਾਂ ਮੈਂ ਐਨ ਬਰਫ ਵਰਗੀ ਹਵਾ ਚੱਲਦੀ ਪਈ ਸੀਗੀ ਗੱਲ। ਬਹੁਤ ਸੋਹਣਾ ਵਿਊ ਦਿਖਾਈ ਦੇ ਰਿਹਾ। ਇਹ ਵੀਡੀਓ ਲੰਬੀ ਹੋ ਜਾਣੀ ਆ ਪਰ ਸਹਿਜ ਮਤੇ ਨਾਲ ਦੇਖਿਓ, ਜੇ ਹੋ ਸਕਿਆ ਤਾਂ ਆਪਾਂ ਦੋ ਪਾਰਟ ਕਰ ਦਾਂਗੇ। ਇਹਦੇ ਕਾਫੀ ਉੱਚੀ ਆ। ਚਲੋ ਆ ਇੱਕ ਵਿਊ ਪੁਆਇੰਟ ਬਣਿਆ ਹੋਇਆ ਇੱਥੇ ਤੇ ਬਾਕੀ ਭੈਣ ਨੂੰ ਕੰਡੇ ਖੜੇ ਹੁੰਦੇ ਪਏ ਜੇ ਮੈਂ ਤੁਹਾਨੂੰ ਦਿਖਾਵਾਂ ਤਾਂ। ਦੇਖੋ ਇੰਨੀ ਬਰਫ ਵਰਗੀ ਹਵਾ, ਕੱਲ੍ਹ ਜੀ ਇੱਦਾਂ ਹੀ ਹਵਾ ਚੱਲੀ ਜਾਂਦੀ ਬਰਫ ਵਰਗੀ ਹੈ। ਹਾਂਜੀ ਚਲੋ ਜੀ, ਕਾਰ ਆਪਣੀ ਹੋ ਗਈ ਆ ਸਟਾਰਟ। ਇੱਧਰਲੀ ਸਾਈਡ ਜੀ ਬੱਸਾਂ ਦੀ ਪਾਰਕਿੰਗ ਹੁੰਦੀ ਆ, ਜਿਵੇਂ ਪ੍ਰਾਈਵੇਟ ਬੱਸਾਂ ਜਾਂ ਸਰਕਾਰੀ ਬੱਸਾਂ ਜਿਹੜੀਆਂ ਆਉਂਦੀਆਂ ਵਾ, ਤੇ ਬਾਕੀ ਟੈਕਸੀਆਂ ਵਗੈਰਾ ਵੀ ਇੱਥੇ ਮਿਲਦੀਆਂ। ਇਹ ਹੁਣ ਆਪਾਂ ਯਾਨੀ ਕਿ ਬਾਜ਼ਾਰ ਦੇ ਵਿੱਚੋਂ ਬਾਹਰ ਆ ਚੁੱਕੇ ਹਾਂ ਤੇ ਆ ਬਾਕੀ ਬਿਲਡਿੰਗਾਂ ਵਾ ਬਹੁਤ ਸੋਹਣੀਆਂ ਬਣੀਆਂ ਹੋਈਆਂ। ਮੈਂ ਆਹ ਵਾਲੀਆਂ ਬਿਲਡਿੰਗਾਂ ਦੀ ਗੱਲ ਕਰਦਾ ਪਿਆ, ਜਿਵੇਂ ਉਹ ਸਾਹਮਣੇ ਆ ਬਿਲਡਿੰਗਾਂ, ਤੇ ਆਹ ਵਾਲੀਆਂ ਬਿਲਡਿੰਗਾਂ ਵੀ ਨਵੀਆਂ ਤਿਆਰ ਹੋਈਆਂ ਵਾ। ਸੋਹਣਾ ਵਿਊ ਆ ਜੀ, ਤੇ
ਇੱਧਰ ਜਿਵੇਂ ਆਹ ਗੱਡੀ ਜਿੱਧਰ ਮੁੜਦੀ ਪਈ ਆ, ਇੱਧਰ ਮਾਤਾ ਸ਼ੀਤਲਾ ਦੇਵੀ ਜੀ ਦਾ ਮੰਦਿਰ ਰਹਿ ਜਾਂਦਾ ਵਾ, 5-6 ਕਿਲੋਮੀਟਰ ਦੱਸਦੇ ਆ, ਤੇ ਇੱਧਰੋਂ ਮਾਤਾ ਚਿੰਤਪੁਰਨੀ ਜੀ ਦਾ ਜਿੱਧਰੋਂ ਆ ਰਹੇ ਆਪਾਂ। ਆ ਦੇਖੋ ਇੱਥੇ ਲਿਖਿਆ ਵੀ ਹੋਇਆ ਪ੍ਰਾਚੀਨ ਇਤਿਹਾਸਿਕ ਸ਼ੀਤਲਾ ਮਾਤਾ ਮੰਦਿਰ। ਕਾਫੀ ਦੇਰ ਹੋ ਗਈ ਮੈਨੂੰ ਗਏ ਨੂੰ, ਤੇ ਆਹਲਾ ਰਸਤਾ ਜਿਹੜਾ ਨੀਚੇ ਨੂੰ ਆਪਾਂ ਜਾ ਰਹੇ ਆ, ਇਹ ਮਾਤਾ ਸ਼ੀਤਲਾ ਦੇਵੀ ਜੀ ਦੇ ਮੰਦਿਰ ਨੂੰ ਚੱਲਦਾ। ਆ ਜਾਓ ਦਰਸ਼ਨ ਕਰਦੇ ਆ ਆਪਾਂ। ਦੋਸਤੋ ਰਸਤੇ ਵਿੱਚ ਇੱਕ ਬਹੁਤ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਿਆ। ਇੱਕ ਦਰਖਤ ਦੇ ਨਾਲ ਕਈ ਪੀਂਘਾਂ ਲਗਾਈਆਂ ਗਈਆਂ ਸਨ, ਜਿੱਥੇ ਬੱਚੇ ਪੀਂਘਾਂ ਝੂਟ ਰਹੇ ਸਨ, ਅਤੇ ਉੱਥੇ ਅਸੀਂ ਵੀ ਕੁਝ ਦੇਰ ਰੁਕੇ ਅਤੇ ਬੱਚਿਆਂ ਨੇ ਪੀਂਘਾਂ 'ਤੇ ਝੂਟ ਲਏ। ਉਸ ਤੋਂ ਬਾਅਦ ਅਸੀਂ ਅੱਗੇ ਚੱਲ ਪਏ। ਹੈਲੋ ਲੀਨ, ਹਾਂਜੀ, ਸਤਿ ਸ਼੍ਰੀ ਅਕਾਲ, ਕਿਵੇਂ ਹੋ? ਮਜ਼ਾ ਆ ਰਿਹਾ? ਤੇ ਨਾਲ ਦੇਖੋ ਰੱਖਣ ਵਾਲੇ ਨੇ ਘੜਾ, ਤੇ ਨਾਲ ਗੜਵੀ ਉੱਪਰ ਰੱਖੀ ਹੋਈ ਆ ਪਾਣੀ ਵਗੈਰਾ ਪੀਣ ਲਈ। ਤੇ ਬਹੁਤ ਸੋਹਣਾ ਵਿਊ ਆ ਜਿਹੜਾ। ਲਓ ਜੀ ਆਪਾਂ ਪਹੁੰਚ ਗਏ ਆ, ਇੱਥੇ ਪਾਰਕਿੰਗ ਵਗੈਰਾ ਦਾ ਇਹ ਪਤਾ ਨਹੀਂ ਹੈਗਾ ਗਾ। ਦੋਸਤੋ ਮਾਤਾ ਸ਼ੀਤਲਾ ਜੀ ਦੇ ਮੰਦਿਰ ਨੂੰ ਜਾਣ ਵਾਲਾ ਰਸਤਾ ਸਾਹਮਣੇ ਆ। ਐਂਟਰੀ ਗੇਟ ਬਹੁਤ ਹੀ ਸੁੰਦਰ ਬਣਾਇਆ ਗਿਆ ਵਾ, ਜਿਹਦੇ 'ਤੇ ਗਣਪਤੀ ਬਾਬਾ ਜੀ ਦੇ ਨਾਲ ਨਾਲ ਹੋਰ ਵੀ ਭਗਵਾਨ ਦੀਆਂ ਮੂਰਤੀਆਂ ਜਿਹੜੀਆਂ ਬਣਾਈਆਂ ਗਈਆਂ ਵਾ। ਇਹ ਪੌੜੀਆਂ ਦਾ ਰਸਤਾ ਕੋਈ ਜ਼ਿਆਦਾ ਮੁਸ਼ਕਿਲ ਨਹੀਂ ਹੈਗਾ ਗਾ, ਬੜਾ ਈਜ਼ੀ ਹਰੇਕ ਕੋਈ ਚੜ੍ਹ ਕੇ ਜਾ ਸਕਦਾ ਵਾ ਮਾਤਾ ਸ਼ੀਤਲਾ ਜੀ ਦੇ ਮੰਦਿਰ ਦੇ ਦਰਸ਼ਨ ਕਰਨ। ਸ਼ੀਤਲ ਦਾ ਮਤਲਬ ਹੁੰਦਾ ਹੈ ਠੰਡਾ। ਇੱਕ ਰਸਤਾ ਅਸੀਂ ਇੱਧਰ ਦੀ ਆਏ ਹਾਂ, ਇੱਕ ਰਸਤਾ ਇੱਧਰ ਦੀ ਵੀ ਆਉਂਦਾ ਵਾ। ਇਹ ਮੰਦਿਰ ਆ ਗਿਆ ਜੀ, ਸ਼ੀਤਲਾ ਮਾਤਾ ਜੀ ਦਾ ਮੰਦਿਰ ਅਸੀਂ ਅੱਗੇ ਆ। ਇਹ ਮਾਤਾ ਬਗਲਾ ਮੁਖੀ ਜੀ ਦਾ ਮੰਦਿਰ ਆ, ਇਹ ਸਾਹਮਣੇ ਮਾਤਾ ਬਗਲਾ ਮੁਖੀ ਜੀ ਦੀ ਮੂਰਤੀ ਬਣਾਈ ਗਈ ਆ। ਵੈਸੇ ਜਿਹੜਾ ਸਹੀ ਜਿਵੇਂ ਮੰਨ ਲਓ ਆਪਾਂ ਕਹਿ ਦਿੰਦੇ ਮਾਤਾ ਚਿੰਤਪੁਰਨੀ ਜੀ ਕੋਲ ਜਿਹੜਾ ਬਗਲਾ ਮੁਖੀ ਮਾਤਾ ਜੀ ਦਾ ਮੰਦਿਰ ਆ, ਉਹ ਦੂਸਰੀ ਸਾਈਡ ਆ, ਜਿਹੜਾ ਜਵਾਲਾ ਜੀ ਨੂੰ ਆਪਾਂ ਰਸਤਾ ਜਾਂਦਾ ਨਾ, ਉੱਥੋਂ ਇੱਕ ਸਾਈਡ 'ਤੇ ਰਸਤਾ ਨਿਕਲਦਾ ਵਾ ਉਹ। ਪੌਰਾਣਿਕ ਮਾਨਤਾ ਅਨੁਸਾਰ ਮਾਤਾ ਸ਼ੀਤਲਾ ਜੀ ਦਾ ਜਨਮ ਬ੍ਰਹਮਾ ਜੀ ਤੋਂ ਹੋਇਆ ਸੀ। ਭਗਵਾਨ ਬ੍ਰਹਮਾ ਨੇ ਮਾਂ ਸ਼ੀਤਲਾ ਨੂੰ ਪੂਜਣ ਲਈ ਧਰਤੀ 'ਤੇ ਭੇਜਿਆ ਸੀ। ਮਾਤਾ ਸ਼ੀਤਲਾ ਭਗਵਾਨ ਸ਼ਿਵ ਦੇ ਪਸੀਨੇ ਨਾਲ ਬਣੇ ਜਵਾਰਾਸੁਰ ਨੂੰ ਆਪਣੇ ਸਾਥੀ ਵਜੋਂ ਸਵਰਗ ਤੋਂ ਧਰਤੀ ਤੱਕ ਲੈ ਕੇ ਆਏ। ਉਹਨਾਂ ਕੋਲ ਦਾਲ ਵੀ ਸੀ, ਕੁਝ ਇਸ ਤਰ੍ਹਾਂ ਕਹਾਣੀ ਦੇ ਵਿੱਚ ਦੱਸਿਆ ਗਿਆ ਹੈ। ਜਦੋਂ ਉਸ ਸਮੇਂ ਦੇ ਰਾਜਾ ਵਿਰਾਟ ਨੇ ਮਾਤਾ ਸ਼ੀਤਲਾ ਨੂੰ ਆਪਣੇ ਰਾਜ ਵਿੱਚ ਰਹਿਣ ਲਈ ਕੋਈ ਥਾਂ ਨਾ ਦਿੱਤੀ ਤਾਂ ਮਾਂ ਸ਼ੀਤਲਾ ਨਾਰਾਜ਼ ਹੋ ਗਏ। ਉਸ ਕ੍ਰੋਧ ਦੀ ਲਾਟ ਕਾਰਨ ਰਾਜੇ ਦੇ ਪ੍ਰਜਾ ਦੇ ਸਰੀਰ 'ਤੇ ਲਾਲ ਥੱਬੇ ਦਿਖਾਈ ਦਿੱਤੇ ਅਤੇ ਲੋਕ ਉਸ ਅਗਨੀ ਦੇ ਪ੍ਰਭਾਵ ਤੋਂ ਤੰਗ ਆ ਗਏ। ਜਦੋਂ ਰਾਜੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਸਨੇ ਮਾਤਾ ਸ਼ੀਤਲਾ ਤੋਂ ਮਾਫ਼ੀ ਮੰਗੀ ਅਤੇ ਉਹਨਾਂ ਨੂੰ ਯੋਗ ਸਥਾਨ ਦਿੱਤਾ ਰਹਿਣ ਲਈ। ਮਾਤਾ ਸ਼ੀਤਲਾ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਲੋਕਾਂ ਨੇ ਉਹਨਾਂ ਨੂੰ ਠੰਡਾ ਦੁੱਧ ਅਤੇ ਕੱਚੀ ਲੱਸੀ ਭੇਂਟ ਕੀਤੀ ਅਤੇ ਮਾਂ ਸ਼ਾਂਤ ਹੋ ਗਈ। ਉਦੋਂ ਤੋਂ ਹਰ ਸਾਲ ਸ਼ੀਤਲਾ ਅਸ਼ਟਮੀ 'ਤੇ ਲੋਕ ਦੇਵੀ ਮਾਂ ਨੂੰ ਠੰਡਾ ਬਾਸੀ ਭੋਜਨ ਚੜ੍ਹਾਉਣ ਲੱਗੇ ਅਤੇ ਉਹਨਾਂ ਦਾ ਆਸ਼ੀਰਵਾਦ ਲੈਣ ਲਈ ਵਰਤ ਰੱਖਣ ਲੱਗੇ।
ਮੱਥਾ ਟੇਕ ਆਉਂਦਾ ਜੀ। ਅਤੇ ਆ ਜਿਹੜਾ ਪ੍ਰਵੇਸ਼ ਦੁਆਰ ਆ ਮੰਦਰ ਦਾ, ਇਹਦੇ ਉੱਪਰਲੀ ਸਾਈਡ ਇੱਕ ਮੂਰਤੀ ਬਣੀ ਹੋਈ ਆ। ਇਹ ਮੈਂ ਪੁੱਛਿਆ ਉਹਨਾਂ, ਇਹ ਸੂਰਜ ਦੇਵਤਾ ਜੀ ਦੀ ਮੂਰਤੀ ਆ ਜਿਹੜੀ ਹੈਗੀ, ਸੂਰਜ ਦੇਵ ਦੀ। ਜੈ ਮਾਤਾ ਦੀ। ਚਲੋ ਚੱਲਦੇ ਹਾਂ ਹੁਣ। ਇੱਧਰੋਂ ਆਪਾਂ ਆ ਰਹੇ ਹਾਂ ਮਾਤਾ ਸ਼ੀਤਲਾ ਦੇਵੀ ਜੀ ਦੇ ਮੰਦਰ 'ਚੋਂ ਮੱਥਾ ਟੇਕ ਕੇ। ਬਾਕੀ ਹਲਕੀ ਹਲਕੀ ਬਾਰਿਸ਼ ਪਈ ਜਾਂਦੀ ਆ, ਅਤੇ ਬਾਕੀ ਤੁਸੀਂ ਵਿਊ ਦੇਖ ਲਓ ਥੱਲੇ, ਆ ਕੋਈ ਹੋਟਲ ਵਗੈਰਾ ਬਣੀ ਜਾਂਦਾ ਵਾ, ਮਿਸਤਰੀ ਲੱਗਿਆ ਹੈ। ਅਤੇ ਬਾਕੀ ਆ ਜ਼ੂਮ ਕਰਕੇ ਤੁਹਾਨੂੰ ਦਿਖਾਉਣਾ ਮੈਂ, ਦੇਖੋ ਕਿੰਨਾ ਸੋਹਣਾ ਉੱਪਰ ਉਹ ਝੂਲਾ ਲਾਇਆ ਹੋਇਆ ਛੱਤ ਦੇ ਉੱਤੇ, ਅਤੇ ਨਾਲ ਉਹ ਉੱਪਰ ਬਣਾਇਆ ਹੋਇਆ ਛਾਂ ਦੇ ਲਈ। ਬਹੁਤ ਸੋਹਣੀ ਲੁੱਕ ਆ ਰਹੀ ਆ। ਇਹ ਆਪਾਂ ਜਾਣ ਲੱਗੇ ਮੰਦਰ ਦੇਖਿਆ ਸੀਗਾ, ਤੁਹਾਨੂੰ ਨੇੜੇ ਦਰਸ਼ਨ ਕਰਾਉਣਾ ਮੈਂ ਅੰਦਰੋਂ ਮੰਦਰ ਦੇ। ਇਹਨਾਂ ਮੈਂ ਪੁੱਛਿਆ ਸੀਗਾ ਮੈਂ ਕਿ ਤਿੰਨ ਮੂਰਤੀਆਂ ਜਿਹੜੀਆਂ ਬਣਾਈਆਂ ਗਈਆਂ, ਤਿੰਨ ਰੂਪ ਕਿਹੜੇ ਕਿਹੜੇ ਬਣਾਏ ਗਏ ਆ। ਮਾਤਾ ਬਗਲਾ ਮੁਖੀ ਜੀ ਦੇ ਤਿੰਨ ਰੂਪ ਆ, ਮਾਤਾ ਬਗਲਾ ਬ੍ਰਹਮਸਤਰ। ਹਾਂਜੀ, ਮਾਤਾ ਬਗਲਾ ਮੁਖੀ ਜੀ, ਮਾਂ ਸਰਸਵਤੀ ਜੀ ਤੇ ਬ੍ਰਹਮਸਤਰ। ਇੱਧਰ ਸਹੀ ਜਿਵੇਂ ਬਜਰੰਗ ਬਲੀ ਜੀ ਦੀ ਆ ਮੂਰਤੀ, ਤੇ ਇੱਧਰ ਭੈਰਵ ਬਾਬਾ ਜੀ ਦੀ ਬਣਾਈ ਹੋਈ ਆ। ਤੇ ਤਿੰਨ ਰੂਪ ਬਣਾਏ ਹੋਏ ਸਾਹਮਣੇ ਮਾਤਾ ਬਗਲਾ ਮੁਖੀ ਜੀ ਦੇ। ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ। ਤੇ ਆਹ ਬਾਹਰ ਚੌਂਕ ਆ ਗਿਆ ਦੇਖੋ, ਜਿਨ੍ਹਾਂ ਨੇ ਤਾਂ ਵਾਪਸ ਜਾਣਾ ਹੁਸ਼ਿਆਰਪੁਰ ਵਾਲੇ ਪਾਸੇ, ਉਹ ਤਾਂ ਜਾ ਰਹੇ ਆ ਸੱਜੇ ਪਾਸੇ, ਤੇ ਜਿਨ੍ਹਾਂ ਨੇ ਜਾਣਾ ਮਾਤਾ ਬਗਲਾ ਮੁਖੀ, ਮਾਤਾ ਜਵਾਲਾ ਜੀ, ਅੱਗੇ ਕਾਂਗੜਾ, ਚਮੁੰਡਾ ਦੇਵੀ, ਧਰਮਸ਼ਾਲਾ, ਮਗਲੋਟਗੰਜ, ਉਹ ਲੈਫਟ ਸਾਈਡ 'ਤੇ ਜਾਂਦਾ। ਇਹ ਇੱਕ ਰਸਤਾ ਹੀ ਆਉਂਦਾ ਸਾਰੇ ਪਾਸੇ ਨੂੰ ਜਿਹੜਾ ਹੈਗਾ। ਦੋਸਤੋ, ਇਹ ਯਾਤਰਾ ਦਾ ਸਫ਼ਰ ਆਪਾਂ ਕੰਟੀਨਿਊ ਰੱਖਾਂਗੇ, ਅਗਲੇ ਪਾਰਟ ਦੇ ਵਿੱਚ ਆਪਾਂ ਦਰਸ਼ਨ ਕਰਾਂਗੇ ਮਾਤਾ ਜਵਾਲਾ ਜੀ ਦੇ।